सरदारनी गुरचरण कौर जी एक बहुत ही नेक ख्याल वाले परमात्मा नु मनन वाले रब दी रजा विच रहण वाली शख्सियत सन। आप जी ने अपनी सारी जिंदगी परमात्मा दे रस्ते ते चलदियां अते होरनां नु परमात्मा दे लड़ लगण लई प्रेरित करदियां बसर कीती। आप जी अपनी सारी जिंदगी किरत कमाई करदे रहे अते सच दे रस्ते ते चलदे रहे। आप जी बहुत ही सूझवान औरत सन। आप जी ने अपने बच्चियां नु चंगी सिख्या दित्ती अते समाज दे चंगे नागरिक बनाया। सरदार गुरचरण कौर होना दी याद विच एक धार्मिक समागम दा आयोजन उना दी समूह परिवार वालों उना दी ग्रह पिंड रत्ता टिब्बा मुक्तसर साहिब विखे करवाया गया, जिस विच रागी सिंघा वालों कीर्तन दी हाजरी लगवाई अते आईया होईया समूह संगतां नू उस परम पिता परमात्मा दी चरणा नाल जोड़िया। ਜਦੋਂ ਗੁਰੂ ਨਾਨਕ ਦਾ ਆਗਮਨ
ਦਸ਼ਾਵਰ ਤੱਕਿਆ ਕਿ ਗੁਰੂ ਨਾਨਕ ਨੇ ਉਸ ਸਮਾਜ ਨੂੰ ਸੁਧਾਰਨ ਦਾ ਇੱਕ ਬੀੜਾ ਚੱਕਿਆ। ਧਾਰਮਿਕ ਮੁਖੀਆਂ ਨੇ ਇੱਕ ਗੱਲ ਕੀਤੀ ਹੈ, ਉਹਨਾਂ ਨੇ ਔਰਤ ਦੇ ਬਾਰੇ ਪੈਰ ਦੀ ਜੁੱਤੀ ਵੀ ਲਿਖਿਆ, ਪਸ਼ੂ ਲਿਖਿਆ, ਢੋਲ ਲਿਖਿਆ, ਦਵਾਰ ਲਿਖਿਆ, ਸ਼ੂਟਰ ਲਿਖਿਆ, ਇੱਥੋਂ ਤੱਕ ਕਿ ਔਰਤ ਦੇ ਬਾਰੇ ਨਰਕ ਦੁਆਰੀ ਦੇ ਲਫ਼ਜ਼ ਵੀ ਵਰਤੇ ਗਏ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਗਮਨ ਹੋਇਆ, ਔਰਤ ਦੀ ਦੁਰਦਸ਼ਾ ਵੱਲ ਤੱਕਿਆ, ਇੱਕ ਆਵਾਜ਼ ਗੁਰੂ ਨਾਨਕ ਨੇ ਉਠਾਈ, ਉਹ ਆਵਾਜ਼ ਅੱਜ ਵੀ ਰੋਜ਼ਾਨਾ ਸ੍ਰੀ ਹਰਿਮੰਦਰ ਸਾਹਿਬ ਚੋਂ ਆਉਂਦੀ ਹੈ ਬਿਨਾਂ ਨਾਗਾ। ਆਪ ਜੀ ਸੰਗਤ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦਾ ਲਾਈਵ ਪ੍ਰੋਗਰਾਮ ਦੇਖਦੇ ਹੋ, ਜਦੋਂ ਰਾਜੀ ਸਿੰਘ ਹਰਿਮੰਦਰ ਸਾਹਿਬ ਦਾ ਕੀਰਤਨ ਕਰਦੇ ਨੇ, ਕੀਰਤਨ ਕਰਦਿਆਂ ਕਰਦਿਆਂ ਜਦੋਂ 19ਵਾਂ ਸਲੋਕ ਆਉਂਦਾ ਹੈ, ਉਸ 19ਵੇਂ ਸਲੋਕ ਵਿੱਚੋਂ ਗੁਰੂ ਨਾਨਕ ਦੀ ਆਵਾਜ਼ ਆਉਂਦੀ ਹੈ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹੋ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਹੋਆ ਭੰਡ ਭਾਲੀ ਹੈ, ਭੰਡ ਹੋਵੇ ਬੰਦਾਨ, ਸੋ ਕਿਉਂ ਮੰਦਾ ਆਖੀਐ ਜਿੱਤ ਜੰਮੈ ਰਾਜਾਨ। ਇਹ ਦੁਨੀਆਂ ਦੇ ਲੋਕੋ, ਜਿਸ ਔਰਤ ਦੇ ਦੁੱਖ ਵਿੱਚੋਂ ਰਾਜੇ ਮਹਾਰਾਜੇ ਪੀਰ ਪੈਗੰਬਰ ਅਵਤਾਰਾਂ ਦਾ ਜਨਮ ਹੁੰਦਾ ਹੈ, ਤੁਸੀਂ ਉਸਦੇ ਬਾਰੇ ਇੰਨੀ ਮਾੜੀ ਸੋਚ ਰੱਖਦੇ। ਉਪਰੰਤ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਪਵਿੱਤਰ ਦਰਗਾਹੀ ਬਾਣੀ ਤੋਂ ਹੁਕਮਨਾਮਾ ਵੀ ਸਰਵਣ ਕੀਤਾ ਗਿਆ। ਖਾਲਸਾ।